ਰਾਮਨਾਮੀ ਮੌਕੇ ਅੱਜ ਪ੍ਰਭੂ ਰਾਮ ਜੀ ਦੇ ਆਗਮਨ ਪਰਬ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਸ੍ਰੀ ਦੇਵੀ ਤਲਾਬ ਮੰਦਿਰ ਤੋਂ ਕੀਤਾ ਜਾ ਰਿਹਾ। ਮੈਂ ਬਹੁਤ ਬਹੁਤ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ ਸਾਰੇ ਜਲੰਧਰ ਦੇ ਨਿਵਾਸੀਆਂ ਨੂੰ, ਪੰਜਾਬ ਦੇ ਨਿਵਾਸੀਆਂ ਨੂੰ, ਕਿ ਪ੍ਰਭੂ ਰਾਮ ਜੀ ਜਿਹੜੇ ਕਿ ਇੱਕ ਮਰਿਆਦਾ ਦੇ ਪ੍ਰੇਰਨਾ ਸਰੋਤ ਹੈ, ਜਿਨ੍ਹਾਂ ਨੇ ਆਪਣਾ ਜੀਵਨ ਹੈ ਜਿਹੜਾ ਮਰਿਆਦਾ ਦੇ ਅੰਦਰ ਰਹਿ ਕੇ ਗੁਜ਼ਾਰਿਆ। ਸੋ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਭਗਤੀ, ਉਹਨਾਂ ਦੀ ਜਿਹੜੀ ਰੂਹਾਨੀ ਤਾਕਤ ਕਰਕੇ ਜਿਹੜੇ ਜਿਹੜੇ ਵੀ ਲੋਕ ਚਾਹੇ ਉਹਨਾਂ ਦਾ ਸਮੇਂ ਸਮੇਂ ਸਿਰ ਵਿਰੋਧ ਕਰਦੇ ਰਹੇ, ਪਰ ਉਹਨਾਂ ਦੀ ਭਗਤੀ ਔਰ ਉਹਨਾਂ ਦੀ ਜਿਹੜੀ ਪ੍ਰੇਰਨਾ ਖਾਤਰ ਅੱਜ ਸਾਰੇ ਜਿਹੜੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਹੋ ਰਿਹਾ। ਸੋ ਮੈਂ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਦੇਵੀ ਤਲਾਬ ਪ੍ਰਬੰਧਕ ਕਮੇਟੀ ਸ਼੍ਰੀ ਸ਼ੀਤਲ ਵਿੱਜ ਜੀ ਦਾ, ਸ਼੍ਰੀ ਰਜੇਸ਼ ਵਿੱਜ ਜੀ ਦਾ, ਅਭਿਸ਼ੇਕ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੈ ਸ਼੍ਰੀ ਰਾਮ। ਅੱਜ ਪ੍ਰਭੂ ਰਾਮ ਜੀ ਦੇ ਆਗਮਨ ਪਰਬ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਸ੍ਰੀ ਦੇਵੀ ਤਲਾਬ ਮੰਦਿਰ ਤੋਂ ਕੀਤਾ ਜਾ ਰਿਹਾ। ਮੈਂ ਬਹੁਤ ਬਹੁਤ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ ਸਾਰੇ ਜਲੰਧਰ ਦੇ ਨਿਵਾਸੀਆਂ ਨੂੰ, ਪੰਜਾਬ ਦੇ ਨਿਵਾਸੀਆਂ ਨੂੰ, ਕਿ ਪ੍ਰਭੂ ਰਾਮ ਜੀ ਜਿਹੜੇ ਕਿ ਇੱਕ ਮਰਿਆਦਾ ਦੇ ਪ੍ਰੇਰਨਾ ਸਰੋਤ ਹੈ, ਜਿਨ੍ਹਾਂ ਨੇ ਆਪਣਾ ਜੀਵਨ ਹੈ ਜਿਹੜਾ ਮਰਿਆਦਾ ਦੇ ਅੰਦਰ ਰਹਿ ਕੇ ਗੁਜ਼ਾਰਿਆ। ਸੋ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਭਗਤੀ, ਉਹਨਾਂ ਦੀ ਜਿਹੜੀ ਰੂਹਾਨੀ ਤਾਕਤ ਕਰਕੇ ਜਿਹੜੇ ਜਿਹੜੇ ਵੀ ਲੋਕ ਚਾਹੇ ਉਹਨਾਂ ਦਾ ਸਮੇਂ ਸਮੇਂ ਸਿਰ ਵਿਰੋਧ ਕਰਦੇ ਰਹੇ, ਪਰ ਉਹਨਾਂ ਦੀ ਭਗਤੀ ਔਰ ਉਹਨਾਂ ਦੀ ਜਿਹੜੀ ਪ੍ਰੇਰਨਾ ਖਾਤਰ ਅੱਜ ਸਾਰੇ ਜਿਹੜੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਹੋ ਰਿਹਾ। ਸੋ ਮੈਂ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਦੇਵੀ ਤਲਾਬ ਪ੍ਰਬੰਧਕ ਕਮੇਟੀ ਸ਼੍ਰੀ ਸ਼ੀਤਲ ਵਿੱਜ ਜੀ ਦਾ, ਸ਼੍ਰੀ ਰਜੇਸ਼ ਵਿੱਜ ਜੀ ਦਾ, ਅਭਿਸ਼ੇਕ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੈ ਸ਼੍ਰੀ ਰਾਮ। ਅੱਜ ਪ੍ਰਭੂ ਰਾਮ ਜੀ ਦੇ ਆਗਮਨ ਪਰਬ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਸ੍ਰੀ ਦੇਵੀ ਤਲਾਬ ਮੰਦਿਰ ਤੋਂ ਕੀਤਾ ਜਾ ਰਿਹਾ। ਮੈਂ ਬਹੁਤ ਬਹੁਤ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ ਸਾਰੇ ਜਲੰਧਰ ਦੇ ਨਿਵਾਸੀਆਂ ਨੂੰ, ਪੰਜਾਬ ਦੇ ਨਿਵਾਸੀਆਂ ਨੂੰ, ਕਿ ਪ੍ਰਭੂ ਰਾਮ ਜੀ ਜਿਹੜੇ ਕਿ ਇੱਕ ਮਰਿਆਦਾ ਦੇ ਪ੍ਰੇਰਨਾ ਸਰੋਤ ਹੈ, ਜਿਨ੍ਹਾਂ ਨੇ ਆਪਣਾ ਜੀਵਨ ਹੈ ਜਿਹੜਾ ਮਰਿਆਦਾ ਦੇ ਅੰਦਰ ਰਹਿ ਕੇ ਗੁਜ਼ਾਰਿਆ। ਸੋ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਭਗਤੀ, ਉਹਨਾਂ ਦੀ ਜਿਹੜੀ ਰੂਹਾਨੀ ਤਾਕਤ ਕਰਕੇ ਜਿਹੜੇ ਜਿਹੜੇ ਵੀ ਲੋਕ ਚਾਹੇ ਉਹਨਾਂ ਦਾ ਸਮੇਂ ਸਮੇਂ ਸਿਰ ਵਿਰੋਧ ਕਰਦੇ ਰਹੇ, ਪਰ ਉਹਨਾਂ ਦੀ ਭਗਤੀ ਔਰ ਉਹਨਾਂ ਦੀ ਜਿਹੜੀ ਪ੍ਰੇਰਨਾ ਖਾਤਰ ਅੱਜ ਸਾਰੇ ਜਿਹੜੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਹੋ ਰਿਹਾ। ਸੋ ਮੈਂ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਦੇਵੀ ਤਲਾਬ ਪ੍ਰਬੰਧਕ ਕਮੇਟੀ ਸ਼੍ਰੀ ਸ਼ੀਤਲ ਵਿੱਜ ਜੀ ਦਾ, ਸ਼੍ਰੀ ਰਜੇਸ਼ ਵਿੱਜ ਜੀ ਦਾ, ਅਭਿਸ਼ੇਕ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੈ ਸ਼੍ਰੀ ਰਾਮ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।